विधानसभा अटारी ਦੇ ਪਿੰਡਾਂ ਵਿੱਚ بارش ਨਾਲ ਕਿਸਾਨਾਂ ਦੀ ਖਰਾਬ ਹੋਈ ਫਸਲ ਨੂੰ ਨੁਕਸਾਨ ਦਾ ਸਾਫ ਦਾ ਸਾਂਸਦ ਸ਼ਵੇਤ ਮਲੇਖ ਅਤੇ ਹਲਕਾ ਇੰਚਾਰਜ ਸੁਸ਼ੀਲ ਦੇਵਗਨ ਨੇ ਜਾਇਜ਼ਾ ਲਿਆ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁనిਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਮੁਆਵਜ਼ਾ ਦਿੱਤਾ ਜਾਵੇ ਸਾਫ ਦਾ ਐਮਐਲਏ ਮਨਜੀਤ ਸਿੰਘ ਮਾਨਾ ਅਤੇ ਰਾਜੇਂਦਰ ਮੋਹਨ ਸਿੰਘ ਜੀ ਨਾ ਵੀ ਮੌਜੂਦ ਸਨ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਫਰਜ ਬੰਦਾ ਹੈ ਸਰਕਾਰ ਦਾ ਕਿ ਉਹਨੂੰ ਪੂਰਾ ਕਰੇ ਉਹਨੂੰ ਕੰਪੰਸੇਟ ਕਰੇ ਕਿਸਾਨ ਬਹੁਤ ਮਿਹਨਤ ਕਰਦਾ ਹੈ ਔਰ ਇੱਕ ਕਿਸਾਨ ਪ੍ਰਮੁਖ ਪ੍ਰਦੇਸ਼ ਹੈ ਹਾਲਾਂਕਿ ਮੋਦੀ ਜੀ ਨੇ ਕਿਸਾਨ ਦਾ ਹੱਥ ਫੜਿਆ ਹਰ ਜਗ੍ਹਾ ਹੀ ਹੱਥ ਫੜਿਆ ਜੇ ਪਿਛੇ ਡੰਗਰਾਂ ਨੂੰ ਬਿਮਾਰੀ ਪੈ ਗਈ ਉਹਦੇ ਤੇ ਇਹਨਾਂ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਹੁਣ ਵੀ ਐਲਾਨ ਤੇ ਇਹਨਾਂ ਨੇ ਕਰ ਦਿੱਤਾ ਪਰ ਸਾਨੂੰ ਆਸ ਨਹੀਂ ਹੈ ਕਿ ਕਿਸੇ ਕਿਸਾਨ ਨੂੰ ਇਹ ਜਿਹੜਾ ਵਾ ਮੁਆਵਜ਼ਾ ਦੇਣਗੇ ਪਰ ਫਿਰ ਵੀ ਅਸੀਂ ਕਿਸਾਨਾਂ ਦੀ ਲੜਾਈ ਲੜਦੇ ਰਵਾਂਗੇ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਇਹਨਾਂ ਨੇ ਜ਼ਮੀਨ 50000 ਰੁਪਏ ਸਾਲ ਦੇ ਠੇਕੇ ਦੇ ਉੱਤੇ ਲਈ ਹੈ ਔਰ ਅੱਜ ਕਣਕ ਦਾ ਹਾਲ ਦੇਖੋਗੇ ਕਣਕ ਪੂਰੀ ਵਿਸ਼ੀ ਹੋਈ ਹੈ ਇਸ ਕਣਕ ਨੂੰ ਦਾਣਾ ਵੀ ਨਹੀਂ ਪੈਣਾ ਔਰ ਕੁਦਰਤੀ ਆਫਤ ਦੇ ਨਾਲ ਸਾਰੀ ਫਸਲ ਬਰਬਾਦ ਹੋ ਗਈ ਹੈ ਜਿਹੜਾ ਕਿਸਾਨ ਦਾ ਨੁਕਸਾਨ ਹੋਇਆ ਫਸਲ ਦਾ ਉਹਦੀ ਗਦੌੜੀ ਕੀਤੀ ਜਾਵੇ ਪਿੰਡ ਪਿੰਡ ਆ ਕੇ ਕੀਤੀ ਜਾਵੇ ਉਹਨਾਂ ਦੇ ਜ਼ਖਮਾਂ ਦੇ ਮਲਮ ਲਾਈ ਜਾਵੇ ਉਹਨਾਂ ਦਾ ਵੱਧ ਤੋਂ ਵੱਧ ਮੁਆਜਾ ਜਾਜ਼ਾ ਜਿਸ ਬਦੇ ਠੇਕੇ ਦੇ ਜ਼ਮੀਨ ਲੈ ਕੇ ਭਾਈ ਆ ਉਹਦਾ ਬਹੁਤ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਇਹ ਹਜ਼ਾਰਾਂ ਇੱਕ ਜ਼ਮੀਨ ਜੜੀ ਆ ਪੰਜਾਬ ਚ ਉਹਦਾ ਨੁਕਸਾਨ ਹੋਇਆ